ਭਗਤ ਜਨੋ ਬਾਬਾ ਜੀ ਦੇ ਜਾਣ ਤੋਂ ਬਾਅਦ ਮਾਤਾ ਰਤਨੋ ਹਰ ਘੜੀ ਹਰ ਪਲ ਰੋਣ ਕਰਲਾਉਣ ਲੱਗੀ। ਉਦਾਸ ਵਕਤ ਦਾ ਇੱਕ ਇੱਕ ਪਲ ਵਰਿਆਂ ਵਾਂਗ ਬੀਤਣ ਲੱਗਾ। ਬਿਰਹੋਂ ਦੀ ਪੀੜ ਨਾਲ ਬੁੱਢੜਾ ਸਰੀਰ ਹੱਡੀਆਂ ਦੀ ਮੁੱਠ ਬਣ ਗਿਆ। ਜਦੋਂ ਕਮਜ਼ੋਰ ਜਿਹੀ ਦੇਹ ਤੋਂ ਜ਼ਿੰਦਗੀ ਦਾ ਪਾਰ ਚੱਕਣਾ ਮੁਸ਼ਕਲ ਹੋ ਗਿਆ ਤਦ ਰਤਨੋ ਨੇ ਇਉਂ ਬਰਲਾਪ ਕੀਤਾ। ਕਿਨਾਰੇ ਮਾਰਤ ਨੋ।